ਹਜ਼ਰਤ ਮੂਸਾ ਜੀ ਬੜੇ ਵੱਡੇ ਪੈਗੰਬਰ ਹੋਏ ਨੇ ਜਿਨ੍ਹਾਂ ਦੀ ਦਰਗਾਹ ਤੱਕ ਪਹੁੰਚ ਸੀ। ਇੱਕ ਦਿਨ ਆਪਣੇ ਸੰਗੀ ਸਾਥੀਆਂ ਦੇ ਨਾਲ ਤੁਰਦੇ ਜਾ ਰਹੇ ਨੇ, ਮਹੱਲੇ ਦਾ ਇੱਕ ਦਰਵਾਜ਼ਾ ਬੂਹਾ ਖੁੱਲ੍ਹਾ ਸੀ। ਉਸ ਘਰ ਦੇ ਵਿੱਚੋਂ ਬੀਬੀ ਨੇ ਜਦੋਂ ਵੇਖਿਆ ਹਜ਼ਰਤ ਸਾਹਿਬ ਮੂਸਾ ਜੀ ਲੰਘਦੇ ਪਏ ਨੇ, ਦੌੜਦੀ ਬਾਹਰ ਆਈ। ਬਾਹਰ ਆ ਕੇ ਨਾ ਮੂਸਾ ਜੀ ਦੇ ਸਾਹਮਣੇ ਖੜੀ ਹੋ ਗਈ। ਕਹਿੰਦੇ, ਮਹਾਰਾਜ ਮੇਰੀ ਗਰੀਬਣੀ ਦੀ ਬਿਨੈ ਹੈ ਤੁਹਾਡੇ ਚਰਨਾਂ ਦੇ ਵਿੱਚ, ਮੇਰੇ ਘਰ ਚਰਨ ਪਾਓ, ਜਲ ਪਾਣੀ ਛਕੋ, ਪ੍ਰਸ਼ਾਦਾ ਛਕੋ, ਮੇਰੀ ਗਰੀਬ ਨੂੰ ਭਾਗ ਲਾ। ਮੂਸਾ ਜੀ ਦੋ ਮਿੰਟ ਸੋਚਣ ਲੱਗੇ, ਕਹਿੰਦੇ ਠੀਕ ਹੈ ਚਲੋ। ਜਲ ਪਾਣੀ ਛਕਾਇਆ ਉਸ ਬੀਬੀ ਨੇ, ਬੜਾ ਆਨੰਦ ਬਣਿਆ, ਹੱਥ ਸੁੱਚੇ ਕਰਾ ਬੈਠੀ ਹੈ ਬੀਬੀ। ਹੁਣ ਹਜ਼ਰਤ ਮੂਸਾ ਜੀ ਪੁੱਛਣ ਲੱਗੇ, ਕਹਿੰਦੇ ਬੀਬੀ ਕੋਈ ਚਾਹਤ ਹੈ ਤੇਰੀ, ਕੋਈ ਮੰਗ ਹੈ ਤੇਰੀ, ਦੱਸ। ਅੱਲਾ ਦੀ ਬਾਰਗਾਹ ਦੇ ਵਿੱਚ ਮੇਰੀ ਸਿੱਧੀ ਪਹੁੰਚ ਹੈ, ਦੱਸ। ਤੇ ਕਹਿੰਦੀ, ਮਹਾਰਾਜ ਜੇ ਕਿਰਪਾ ਦੇ ਘਰ 'ਚ ਆਏ ਹੋ ਤਾਂ ਇੱਕ ਬਖਸ਼ਿਸ਼ ਕਰ ਦਿਓ। ਕਹਿੰਦੇ, ਉਹ ਮੇਰਾ ਬੱਚਾ ਖੇਡਦਾ ਪਿਆ, ਮੈਂ ਚਾਹੁੰਦੀ ਹਾਂ ਇੱਕ ਜੋੜੀ ਰਲ ਜਾਵੇ। ਆਖੋ ਸਤਨਾਮ। ਇੱਕ ਮੁੰਡਾ ਹੋਰ ਜੇ ਤੁਸੀਂ ਕਿਰਪਾ ਕਰਦੇ। ਕਹਿੰਦੇ, ਬੀਬਾ ਫਿਰ ਰੁਕ, ਤੇਰੇ ਖਾਤਿਆਂ ਵੱਲ ਝਾਤੀ ਮਾਰੀ, ਤੇਰੇ ਕਰਮਾਂ ਵੱਲ ਝਾਤੀ ਮਾਰੀ। ਦਰਗਾਹ ਤੱਕ ਪਹੁੰਚ ਕੀਤੀ ਤੇ ਉੱਥੇ ਪੁੱਛਿਆ, ਇਸ ਬੀਬੀ ਦੇ ਕਰਮ ਦੱਸੋ, ਇਸ ਬੀਬੀ ਦੇ ਲੇਖ ਦੱਸੋ ਕੀ ਹੈ। ਤੇ ਅੱਗੋਂ ਆਵਾਜ਼ ਆਈ, ਜੋ ਆਵਾਜ਼ ਆਈ ਹਜ਼ਰਤ ਜੀ ਨੇ ਮੂਸਾ ਜੀ ਨੇ ਸੁਣੀ। ਹੁਣ ਨੇਤਰ ਖੋਲ੍ਹੇ ਤੇ ਚੁੱਪ। ਬੀਬੀ ਕਹਿਣ ਲੱਗੀ, ਕਹਿੰਦੇ ਮਹਾਰਾਜ ਕਰੋ ਨਾ ਕਿਰਪਾ। ਹਜ਼ਰਤ ਸਾਹਿਬ ਚੁੱਪ। ਕਹਿੰਦੇ ਮਹਾਰਾਜ ਕਰੋ ਨਾ ਕਿਰਪਾ। ਹਜ਼ਰਤ ਸਾਹਿਬ ਕਹਿਣ ਲੱਗੇ, ਕਹਿੰਦੇ ਬੀਬਾ ਕੀ ਦੱਸਾਂ, ਤੂੰ ਜੋੜੀ ਰਲਾਉਣ ਵਾਸਤੇ ਕਹਿੰਦੀ ਹੈ, ਉਹ ਤੇਰੇ ਕਰਮਾਂ ਦੇ ਵਿੱਚ ਤਾਂ ਆਹ ਜਿਹੜਾ ਮੁੰਡਾ ਖੇਡਦਾ ਪਿਆ ਇਹਦਾ ਸੁੱਖ ਵੀ ਨਹੀਂ ਆ। ਆਖੋ ਸਤਨਾਮ। ਇਹਦਾ ਸੁੱਖ ਵੀ ਤੂੰ ਕਹਿੰਦੀ ਹੈ, ਜੋੜੀ ਰਲਾ ਦਿਓ, ਤੇਰੇ ਖਾਤਿਆਂ 'ਚ ਝਾਤ ਮਾਰੀ, ਤੇਰੇ ਕਰਮਾਂ ਦੇ 'ਚ ਝਾਤ ਮਾਰੀ। ਕਹਿੰਦੇ, ਉੱਥੋਂ ਮੈਨੂੰ ਇਹ ਪਤਾ ਲੱਗਾ ਕਿ ਇਹ ਬੱਚਾ ਜਿਹੜਾ ਤੇਰੇ ਵਿਹੜੇ 'ਚ ਹੱਸਦਾ ਹੱਸਦਾ ਖੇਡ ਰਿਹਾ ਨਾ, ਹੱਸੂ ਹੱਸੂ ਕਰਦਾ, ਇਹ ਚੰਦ ਦਿਨ ਦਾ ਮਹਿਮਾਨ ਹੈ, ਇਹਨੇ ਵੀ ਚਲੇ ਜਾਣਾ, ਤੇਰੇ ਕਰਮਾਂ 'ਚ ਔਲਾਦ ਦਾ ਸੁੱਖ ਹੈ ਹੀ ਨਹੀਂ। ਆਖੋ ਸਤਨਾਮ। ਉਹ ਬੀਬੀ ਮਯੂਸ, ਉਹ ਬੀਬੀ ਕਹਿਣ ਲੱਗੀ, ਕਹਿੰਦੀ ਹੱਦ ਹੋ ਗਈ ਮੂਸਾ ਜੀ, ਤੁਹਾਡੀ ਸਿੱਧੀ ਦਰਗਾਹ ਤੱਕ ਪਹੁੰਚ ਹੈ, ਕਰੋ ਕਿਰਪਾ ਕਰੋ ਬਖਸ਼ੀ। ਕਹਿੰਦੇ, ਪਹੁੰਚ ਹੈ ਤਾਂ ਹੀ ਤਾਂ ਤੈਨੂੰ ਦੱਸਿਆ, ਪਹੁੰਚ ਹੈ ਤਾਂ ਹੀ ਤਾਂ ਤੈਨੂੰ ਦੱਸਿਆ ਕਿ ਤੇਰੇ ਕਰਮਾਂ 'ਚ ਔਲਾਦ ਦਾ ਸੁੱਖ ਹੀ ਨਹੀਂ, ਅਤੇ ਇਹ ਜਿਹੜਾ ਖੇਡਦਾ ਇਹ ਵੀ ਕੁਝ ਦਿਨਾਂ ਤੱਕ ਚਲੇ ਜਾਏਗਾ, ਤਾਂ ਹੀ ਮੈਂ ਚੁੱਪ ਸੀ, ਮੈਂ ਤੈਨੂੰ ਦੱਸ ਨਹੀਂ ਰਿਹਾ। ਖੁਸ਼ੀ ਦਾ ਮਾਹੌਲ ਗੰਮੀ 'ਚ ਬਦਲ ਗਿਆ। ਮੂਸਾ ਜੀ ਚੁੱਪ ਕਰਕੇ ਬਾਹਰ ਆਪਣੇ ਸੰਗੀਆਂ ਦੇ ਨਾਲ ਚਲੇ ਗਏ, ਉਹ ਬੀਬੀ ਮਯੂਸ। ਕੁਝ ਦਿਨ ਲੱਗੇ, ਕੋਈ ਰੱਬ ਦਾ ਪਿਆਰਾ ਦਰਗਾਹੀ ਦਰਵੇਸ਼ ਉਹ ਲੰਘਦਾ ਪਿਆ। ਜਦੋਂ ਲੰਘਦਾ ਪਿਆ ਨਾ, ਉਸ ਬੂਹੇ 'ਤੇ ਖੜ੍ਹੇ ਹੋ ਕੇ ਸਾਧ ਸੰਗਤ
ਆਵਾਜ਼ ਮਾਰੀ ਕਹਿੰਦੇ ਬੀਬਾ ਫਕੀਰਾਂ ਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਛਕਾਏਗੀ? ਕਹਿੰਦਾ ਮਹਾਰਾਜ ਜੀ ਆਇਆ ਆਓ। ਵਿਛਾਈ ਕੀਤੀ, ਪ੍ਰਸ਼ਾਦਾ ਤਿਆਰ ਕੀਤਾ, ਛਕਾਇਆ, ਬੜੀ ਭਾਵਨੀ ਦੇ ਨਾਲ ਛਕਾਇਆ, ਬੜੀ ਭਾਵਨੀ ਦੇ ਨਾਲ, ਇੰਨੇ ਭਾਵਨੀ ਦੇ ਨਾਲ ਛਕਾਇਆ। ਉਹ ਫਕੀਰ ਸਾਈਂ ਜਿਹੜੇ, ਉਹ ਦਰਵੇਸ਼ ਸਾਈਂ, ਉਹਦੀ ਸੇਵਾ ਵੇਖ ਕੇ, ਉਹਦਾ ਪ੍ਰੇਮ ਵੇਖ ਕੇ ਅਸਚਰਜ ਹੋ ਰਹੇ। ਜਦੋਂ ਲੰਗਰ ਛਕ ਲਿਆ, ਪ੍ਰਸ਼ਾਦਾ ਛਕ ਲਿਆ, ਬੀਬੀ ਨੇ ਹੱਥ ਸੁੱਚੇ ਕਰਾਤੇ। ਕਹਿੰਦੇ ਬੀਬਾ ਜਾ ਤੇਰੇ ਨਾਲ ਬਚਨ ਕਰਦੇ ਹਾਂ, ਤੇਰੀਆਂ ਜੜ੍ਹਾਂ ਪਤਾਲਾਂ ਤੱਕ ਹੋਣ। ਆਖੋ ਸਤਨਾਮ, ਤੇਰੀਆਂ ਜੜ੍ਹਾਂ ਪਤਾਲਾਂ ਤੱਕ ਹੋਣ। ਇਹਦਾ ਮਤਲਬ ਤੂੰ ਪਰਪੋਤਨਿਆਂ ਵਾਲੀ ਹੋਵੇ। ਉਹ ਜਦੋਂ ਇੰਨੀ ਗੱਲ ਸੁਣੀ, ਉਹ ਭੁੱਬਾ ਮਾਰ ਕੇ ਰੋ ਪਈ। ਕਹਿੰਦੇ ਮਹਾਰਾਜ ਇਹ ਕੀ ਕਿਹਾ ਜੇ? ਕਹਿੰਦੇ ਕਿਉਂ, ਕੋਈ ਗਲਤ ਕਿਹਾ? ਕਹਿੰਦੇ ਮਹਾਰਾਜ ਆਪ ਜੀ ਵਰਗੇ ਹੀ ਕੋਈ ਅੱਲਾਹ ਦੇ ਪਿਆਰੇ ਆਏ ਸਨ, ਅੱਲਾਹ ਦੀ ਦਰਗਾਹ ਤੱਕ ਪਹੁੰਚ ਸੀ ਉਹਨਾਂ ਦੀ, ਮੇਰੇ ਕਰਮਾਂ 'ਤੇ ਝਾਤ ਮਾਰ ਕੇ ਉਹਨਾਂ ਨੇ ਵੇਖਿਆ। ਦੇਖਦਿਆਂ ਸਾਰ ਹੀ ਉਹਨਾਂ ਨੇ ਕਹਿ ਦਿੱਤਾ, ਬੀਬਾ ਤੂੰ ਇੱਕ ਪੁੱਤ ਹੋਰ ਮੰਗਦੀ ਹੈ, ਉਹ ਜਿਹੜਾ ਤੇਰੇ ਵਿਹੜੇ ਖੇਡ ਰਿਹਾ, ਕੁਝ ਦਿਨਾਂ ਤੱਕ ਇਹਨੇ ਵੀ ਨਹੀਂ ਰਹਿਣਾ। ਅਤੇ ਮਹਾਰਾਜ ਉਸ ਤੋਂ ਬਾਅਦ ਤਾਂ ਮੈਂ ਸੋਨੀ ਹੋ ਗਈ, ਅੰਦਰ ਇੱਕ ਦਰਦ ਜਿਹਾ, ਇੱਕ ਪੀੜਾ ਉੱਠਦੀ ਰਹਿੰਦੀ, ਇਹਨੇ ਵੀ ਚਲੇ ਜਾਣ। ਅਤੇ ਮਹਾਰਾਜ ਮੇਰੇ ਖਾਤੇ 'ਚ ਤਾਂ ਇੱਕ ਦਾ ਵੀ ਸੁੱਖ ਨਹੀਂ, ਅਤੇ ਤੁਸੀਂ ਕਹਿੰਦੇ ਹੋ ਤੇਰੀ ਜੜ੍ਹਾਂ ਪਤਾਲ ਤੱਕ। ਮਹਾਰਾਜ ਇਹ ਕੀ ਕਹਿੰਦਾ ਜੀ? ਕਹਿੰਦੇ ਉਹ ਬੀਬਾ ਮੈਨੂੰ ਨਹੀਂ ਪਤਾ ਤੇਰੇ ਖਾਤੇ ਕੀ ਬੋਲਦੇ। ਕਹਿੰਦੇ ਕਹਿੰਦੇ ਉਹ ਬੀਬਾ ਮੈਨੂੰ ਨਹੀਂ ਪਤਾ ਤੇਰੇ ਖਾਤੇ ਕੀ ਬੋਲਦੇ। ਕਹਿੰਦੇ ਮੈਂ ਤਾਂ ਆਪਣੇ ਸਾਈਂ ਦੇ ਭਰੋਸੇ 'ਤੇ ਆ ਬਚਨ ਕਰ ਦਿੱਤਾ ਅਤੇ ਕਰ ਦਿੱਤਾ। ਆਖੋ ਸਤਨਾਮ, ਆਪਣੇ ਸਾਈਂ ਦੇ ਭਰੋਸੇ 'ਤੇ ਆ ਬਚਨ ਕਰ ਦਿੱਤਾ ਅਤੇ ਕਰ ਦਿੱਤਾ, ਤੇਰੀਆਂ ਜੜ੍ਹਾਂ ਪਤਾਲਾਂ ਤੱਕ ਲੱਗਣਗੀਆਂ ਹੁਣ। ਆਖੋ ਸਤਨਾਮ, ਹੱਥ ਜੋੜੇ ਅਤੇ ਸਾਈਂ ਲੋਕ ਤੁਰ ਗਏ। ਕੁਝ ਸਮਾਂ ਲੰਘਿਆ ਸਾਧ ਸੰਗਤ, ਹੁਣ ਧਿਆਨ ਨਾਲ ਸੁਣਿਓ। ਹਜ਼ਰਤ ਮੂਸਾ ਜੀ ਉਧਰੋਂ ਲੰਘਦੇ ਪਏ, ਆਪਣੇ ਨਾਲ ਸੇਵਕਾਂ ਨੂੰ ਕਹਿਣ ਲੱਗੇ, ਕਹਿੰਦੇ ਚੱਲ ਮਾਈ ਨੂੰ ਮਿਲ ਚੱਲੀਏ, ਬੱਚਾ ਚਲਾ ਗਿਆ ਹੋਣਾ, ਦੁਖੀ ਬੈਠੀ ਹੋਣੀ ਹੈ, ਚੱਲ ਮਿਲ ਚੱਲੀਏ, ਕੋਈ ਦੁੱਖ ਸਾਂਝਾ ਕਰ ਚੱਲੀਏ। ਜਦੋਂ ਅੰਦਰ ਗਏ ਤੇ ਵੇਖਦੇ ਪਏ ਨੇ ਬੱਚਾ ਉਦਾਂ ਹੀ ਹੱਸੂ ਹੱਸੂ ਖੇਡੀ ਜਾਂਦਾ, ਇੱਧਰ ਭੱਜ ਉੱਧਰ ਭੱਜ ਉੱਧਰ ਭੱਜ। ਮੂਸਾ ਜੀ ਹੈਰਾਨ, ਕਹਿੰਦੇ ਇਹ ਕਿਵੇਂ ਹੋ ਗਿਆ? ਇਸ ਬੀਬੀ ਦੇ ਕਰਮ ਦੇ ਹਿਸਾਬ ਦੇ ਨਾਲ ਤੇ ਇਹ ਬੱਚਾ ਤਾਂ ਕਦੋਂ ਦਾ ਚੜ੍ਹਾਈ ਕਰ ਜਾਣਾ ਚਾਹੀਦਾ, ਇਹ ਖੇਡੀ ਜਾਂਦਾ। ਅੰਦਰ ਗਏ, ਉਸ ਬੀਬੀ ਨੇ ਵੇਖਿਆ, ਕਹਿੰਦੇ ਆਓ ਮੂਸਾ ਜੀ, ਆਓ ਮੂਸਾ ਜੀ, ਬੜੀ ਕਿਰਪਾ ਕੀਤੀ। ਬੀਬੀ ਇਹ ਦੱਸ, ਤੇਰੇ ਕਰਮਾਂ ਦੇ ਹਿਸਾਬ ਦੇ ਨਾਲ ਇਹ ਬੱਚਾ ਤਾਂ ਚਲੇ ਜਾਣਾ ਚਾਹੀਦਾ ਸੀ, ਮੈਨੂੰ ਖੁਸ਼ੀ ਹੈ ਇਸ ਚੀਜ਼ ਦੀ, ਖੁਸ਼ੀ ਕਿ ਤੇਰਾ ਬੱਚਾ ਤੇਰੇ ਕੋਲ ਖੇਡ ਰਿਹਾ, ਪਰ ਇਹ ਕੀ ਲੀਲਾ, ਇਹ ਕੀ ਲੀਲਾ? ਕਹਿੰਦੇ ਮੈਨੂੰ ਖੁਸ਼ੀ ਪਰ ਲੀਲਾ ਕੀ? ਤੇਰੇ ਕਰਮਾਂ ਦੇ ਵਿੱਚ ਪੁੱਤਰ ਦਾ ਸੁੱਖ ਨਹੀਂ। ਕਹਿੰਦੇ ਮਹਾਰਾਜ ਜਦੋਂ ਤੁਸੀਂ ਕਹਿ ਗਏ ਸੀ ਨਾ, ਉਸ ਤੋਂ ਕੁਝ ਦਿਨਾਂ ਬਾਅਦ ਕੋਈ ਸਾਈਂ ਦਾ ਦਰਵੇਸ਼ ਆਇਆ, ਕੋਈ ਪੁੱਗਿਆ ਫਕੀਰ, ਕਹਿੰਦੇ ਉਹਨੂੰ ਮੈਂ ਪ੍ਰਸ਼ਾਦਾ ਛਕਾਇਆ ਤੇ ਉਹਨੇ ਪ੍ਰੇਮ 'ਚ ਆ ਕੇ, ਮੈਂ ਕੁਝ ਨਹੀਂ ਕਿਹਾ ਮਾਲਕ, ਮੈਂ ਕੁਝ ਨਹੀਂ ਕਿਹਾ,
ਉਹਨੇ ਆਪਣੇ ਆਪ ਹੀ ਪ੍ਰੇਮ 'ਚ ਆ ਕੇ ਮੈਨੂੰ ਇੰਨੀ ਗੱਲ ਕਹਿਤੀ, ਤੇਰੀਆਂ ਜੜ੍ਹਾਂ ਪਤਾਲਾਂ ਤੱਕ ਲੱਗਣ। ਆਖੋ ਸਤਨਾਮ, ਪੀੜ੍ਹੀ ਦਰ ਪੀੜ੍ਹੀ ਤੇਰੀ ਵੰਸ਼ ਚੱਲੇਗੀ। ਕਹਿੰਦੇ ਇਹ ਕਿੱਦਾਂ ਹੋ ਸਕਦਾ? ਥੋੜ੍ਹਾ ਜਿਹਾ ਕਿਨਾਰੇ ਹੋਏ, ਅੰਤਰ ਧਿਆਨ ਹੋਏ, ਅੱਲਾਹ ਦੇ ਕੋਲ ਫਰਿਆਦ ਕੀਤੀ ਅਤੇ ਬੇਨਤੀ ਲਾਈ, ਕਹਿੰਦੇ ਮਹਾਰਾਜ ਮੇਰਾ ਕੋਈ ਰੋਸ ਨਹੀਂ। ਕਹਿੰਦੇ ਮੇਰਾ ਕੋਈ ਰੋਸ ਨਹੀਂ ਤੇਰੇ ਨਾਲ, ਮੈਨੂੰ ਖੁਸ਼ੀ ਹੈ ਕਿ ਇਸ ਮਾਂ ਨੂੰ ਬੱਚਾ ਮਿਲਿਆ ਪਿਆ, ਇਹਦਾ ਪੁੱਤ ਇਹਦੇ ਵਿਹੜੇ ਖੇਡ ਰਿਹਾ, ਇਹਦੀ ਗੋਦੀ ਦਾ ਨਿੱਘ ਮਾਣ ਰਿਹਾ, ਮੈਨੂੰ ਖੁਸ਼ੀ ਹੈ। ਪਰ ਮਾਲਕਾ ਮੈਨੂੰ ਇਹ ਗੱਲ ਦੱਸ, ਮੇਰੀ ਪਿੱਠ ਕਿਉਂ ਲਾਈ ਆ? ਆਖੋ ਸਤਨਾਮ। ਜੇ ਖਾਤੇ ਕਹਿੰਦੇ ਸਨ, ਇਹਦੇ ਖਾਤੇ ਕਹਿੰਦੇ ਸਨ ਕਿ ਇਹਦੇ ਕਰਮਾਂ 'ਚ ਪੁੱਤ ਨਹੀਂ, ਤਾਂ ਮੈਂ ਉਹ ਕੁਝ ਤਾਂ ਕਿਹਾ, ਮੇਰੀ ਪਿੱਠ ਕਿਉਂ ਲਾਈ ਆ? ਅੱਗੋਂ ਅੱਲਾ ਪਾਕ ਦੀ ਆਵਾਜ਼ ਆਈ, ਕਹਿੰਦੇ ਮੂਸਿਆ, ਕਹਿੰਦੇ ਤੂੰ ਮੇਰੀ ਦਰਗਾਹ ਤੱਕ ਪਹੁੰਚ ਕੀਤੀ, ਤੂੰ ਕਰਮਾਂ ਦੇ ਵਿੱਚ ਹਿਸਾਬ ਕਿਤਾਬ ਵੇਖਿਆ, ਕਰਮਾਂ ਨੂੰ ਟਟੋਲਿਆ, ਕਰਮਾਂ ਦਾ ਹਿਸਾਬ ਮੰਗਿਆ, ਤੈਨੂੰ ਹਿਸਾਬ ਦੇ ਦਿੱਤਾ ਗਿਆ। ਇਹਦੇ ਕਰਮਾਂ ਦੇ ਵਿੱਚ ਪੁੱਤ ਦਾ ਸੁੱਖ ਨਹੀਂ, ਇਹਦੇ ਕਰਮਾਂ 'ਚ ਸੀ ਕਿ ਇਹਦੇ ਕਰਮਾਂ ਦੇ ਵਿੱਚ ਪੁੱਤ ਦਾ ਸੁੱਖ ਨਹੀਂ, ਪੁੱਤ ਦਾ ਸੁੱਖ ਨਹੀਂ। ਅਤੇ ਕਹਿੰਦੇ ਉਹ ਕੁਝ ਤੈਨੂੰ ਉਧਰੋਂ ਸੁਨੇਹਾ ਮਿਲਿਆ, ਉਹ ਕੁਝ ਤੂੰ ਅੱਗੇ ਦੇ। ਅਤੇ ਮਹਾਰਾਜ ਫਿਰ ਇਹ ਦੱਸੋ, ਜੇ ਕਰਮਾਂ 'ਚ ਇਹਦੇ ਪੁੱਤ ਦਾ ਸੁੱਖ ਨਹੀਂ ਸੀ, ਤੇ ਇਹ ਪੁੱਤ ਤਾਂ ਖੇਡੀ ਜਾਂਦਾ, ਮੈਨੂੰ ਖੁਸ਼ੀ। ਕਹਿੰਦੇ ਪਰ ਖੇਡੀ ਜਾਂਦਾ, ਮੇਰੀ ਪਿੱਠ ਕਿਉਂ ਲਵਾਈ ਆ? ਕਹਿੰਦੇ ਉਹ ਮੈਂ ਕੀ ਕਰਾਂ, ਉਹ ਜੇ ਮੇਰਾ ਪਿਆਰਾ ਜਦੋਂ ਉਹਨੇ ਪ੍ਰਸ਼ਾਦਾ ਛੱਕ ਕੇ ਕਹਿੰਦੇ ਬੋਲਣਾ ਸ਼ੁਰੂ ਕੀਤਾ, ਕਹਿੰਦੇ ਉਹਨੇ ਨਾ ਕਰਮਾਂ 'ਚ ਝਾਤੀ ਮਾਰੀ, ਨਾ ਮੇਰੇ ਕੋਲ ਪੁੱਛਿਆ, ਕਹਿੰਦੇ ਉਹ ਪਿਆਰਿਆ ਮੇਰੇ ਤੋਂ ਬਿਨਾਂ ਪੁੱਛੇ ਹੀ ਉਹਨੇ ਇਹਦੇ ਕਰਮਾਂ 'ਚ ਲਕੀਰ ਮਾਰ ਦਿੱਤੀ। ਆਖੋ ਸਤਨਾਮ। ਕਹਿੰਦੇ ਮੈਂ ਕੀ ਕਰਦਾ, ਮੈਂ ਕੀ ਕਰਦਾ, ਤੂੰ ਤਾਂ ਪੁੱਛ ਕੀਤੀ ਨਾ, ਤੂੰ ਤਾਂ ਪੁੱਛਿਆ। ਕਹਿੰਦੇ ਉਹਨੇ ਮੇਰੇ ਭਰੋਸੇ 'ਤੇ ਪੁੱਛਿਆ ਹੀ ਨਹੀਂ, ਬਿਨਾਂ ਮੇਰੇ ਤੋਂ ਪੁੱਛਿਆ ਕਹਿੰਦੇ ਉਹਦੇ ਕਰਮਾਂ 'ਚ ਲਕੀਰ ਮਾਰ ਦਿੱਤੀ। ਅਤੇ ਕਹਿੰਦੇ ਦੱਸ, ਜੇ ਉਹਨੇ ਲਕੀਰ ਮਾਰ ਦਿੱਤੀ, ਉਹਦੇ ਕਰਮ ਮੇਟ ਕੇ ਰੱਖ ਦਿੱਤੇ, ਅਤੇ ਹੁਣ ਮੈਂ ਕੀ ਕਰਾਂ? ਆਖੋ ਸਤਨਾਮ। ਅੱਲਾ ਫਿਰ ਸਮਝਾਉਣ ਲੱਗੇ ਇੱਦਾਂ, ਕਹਿੰਦੇ ਮੂਸਿਆ, ਇੱਕ ਬਾਦਸ਼ਾਹ ਦਾ ਪੁੱਤਰ, ਬਾਦਸ਼ਾਹ ਜਿੰਨੀ ਤਾਕਤ ਰੱਖਦਾ, ਉਹ ਕਿਧਰੇ ਬਾਹਰ ਗਿਆ, ਪ੍ਰਜਾ ਨੇ ਆ ਕੇ ਉਹਨੂੰ ਬੇਨਤੀ ਕੀਤੀ, ਜੀ ਸਾਡੇ 'ਤੇ ਐਡਾ ਕਰਜ਼ਾ ਚੜਿਆ ਹੋਇਆ, ਤੁਸੀਂ ਬਾਦਸ਼ਾਹ ਦੇ ਪੁੱਤਰ ਹੋ, ਕਿਰਪਾ ਕਰੋ, ਆ ਕਿਰਪਾ ਕਰਵਾ ਦਿਓ, ਇਸ ਕਰਜ਼ੇ ਤੋਂ ਮੁਕਤ ਕਰਵਾ। ਕਹਿੰਦੇ ਠੀਕ ਹੈ, ਮੈਂ ਪਤਾ ਕਰਵਾਉਣਾ ਤੁਹਾਡੀ ਕੀ ਸਥਿਤੀ ਹੈ। ਕਹਿੰਦੇ ਉਸ ਪੁੱਤਰ ਨੇ ਪਤਾ ਕਰਵਾਇਆ, ਬਈ ਆ ਇੱਦਾਂ ਇੱਦਾਂ ਦਾ ਹਿਸਾਬ ਉਹਨੇ ਆ ਕੇ ਦੱਸਿਆ। ਕਹਿੰਦੇ ਭਾਈ ਇਹ ਤਾਂ ਹਿਸਾਬ ਬਹੁਤ ਜ਼ਿਆਦਾ, ਇਹ ਤਾਂ ਹਿਸਾਬ ਇੱਦਾਂ ਨਹੀਂ ਮੁੱਕਣਾ, ਇੰਝ ਹੋਣਾ ਉਂਝ ਹੋਣਾ। ਅਤੇ ਕਹਿੰਦੇ ਇੱਕ ਪੁੱਤਰ ਰਾਜੇ ਦਾ, ਉਹ ਵੀ ਗਿਆ, ਉਹਦੇ ਅੱਗੇ ਵੀ ਪ੍ਰਜਾ ਨੇ ਫਰਿਆਦ ਕੀਤੀ ਕਿ ਤੁਸੀਂ ਰਾਜੇ ਦੇ ਪੁੱਤਰ ਹੋ, ਤੁਹਾਡੇ ਕੋਲ ਤਾਕਤ ਹੈ, ਕਰ ਦਿਓ ਕਿਰਪਾ। ਅਤੇ ਕਹਿੰਦੇ ਉਹਨੇ ਬਿਨਾਂ ਸੋਚੇ ਸਮਝੇ ਪਿਓ ਦੇ ਮਾਣ ਰੱਖ ਕੇ, ਪਿਓ 'ਤੇ ਮਾਣ ਰੱਖ ਕੇ ਕਹਿ ਦਿੱਤਾ, ਕਹਿੰਦੇ ਜਾਓ ਤੁਹਾਡੇ ਹਿਸਾਬ 'ਤੇ ਲਕੀਰ ਮਾਰੀ, ਤੁਸੀਂ ਬਰੀ ਹੋ। ਆਖੋ ਸਤਨਾਮ। ਕਹਿੰਦੇ ਹੁਣ ਦੱਸੋ, ਜਦੋਂ ਉਹ ਘਰ ਆਏਗਾ, ਰਾਜੇ ਨੂੰ ਕਹੇਗਾ ਮੈਂ ਲਕੀਰ ਮਾਰ ਆਇਆ ਵਾਂ, ਤੇਰਾ ਪੁੱਤਰ ਹਾਂ, ਲਕੀਰ ਮਾਰ ਆਇਆ, ਖਾਤੇ ਮੇਟ ਦੇ। ਆਖੋ ਸਤਨਾਮ।
ਤੇ ਕਹਿੰਦੇ ਰੱਬ ਨੇ ਕਿਹਾ, ਅੱਲਾ ਪਾਕ ਨੇ ਕਿਹਾ, ਕਹਿੰਦੇ ਮੂਸਿਆ ਉਹ ਮੈਂ ਕੀ ਕਰਦਾ, ਮੈਨੂੰ ਤਾਂ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ ਉਹਨੇ, ਬਿਨਾਂ ਮੇਰੇ ਤੋਂ ਪੁੱਛਿਆ ਮੇਰੇ ਤੇ ਮਾਣ ਰੱਖ ਕੇ ਕਹਿ ਦਿੱਤਾ ਤੇਰੀਆਂ ਜੜ੍ਹਾਂ ਪਤਾਲਾਂ ਤੱਕ। ਕਹਿੰਦੇ ਹੁਣ ਮੈਂ ਕੀ ਕਰਦਾ, ਇਹਦੀਆਂ ਜੜ੍ਹਾਂ ਹੁਣ ਪਤਾਲਾਂ ਤੱਕ ਲਾਣੀਆਂ ਪਈਆਂ। ਆਖੋ ਸਤਨਾਮ। ਭਗਤਾਂ ਕਾ ਬੋਲਿਆ ਪਰਵਾਨ ਹੈ ਡਰ ਕੇ ਪਵੈ ਥਾਏ, ਭਗਤਾਂ ਕਾ ਬੋਲਿਆ ਪਰਵਾਨ ਹੈ ਡਰ ਕੇ ਪਵੈ ਥਾਏ, ਭਗਤਾਂ ਕਾ ਬੋਲਿਆ ਪਰਵਾਨ ਹੈ ਡਰ ਕੇ ਪਵੈ ਥਾਏ, ਭਗਤਾਂ ਕਾ ਬੋਲਿਆ ਪਰਵਾਨ ਹੈ ਡਰ ਕੇ ਪਵੈ ਥਾਏ। ਅੱਲਾ ਪਾਕ ਕਹਿਣ ਲੱਗੇ, ਕਹਿੰਦੇ ਮੂਸਿਆ ਦੱਸ ਮੈਂ ਕੀ ਕਰਾਂ, ਮੈਂ ਕੀ ਕਰਾਂ, ਮੇਰੀ ਬਾਂਦੀ ਭਗਤ ਛੜਾਵੇ ਬਾਂਦੇ ਭਗਤ ਨਾ ਛੂਟੇ ਮੋਹੇ, ਮੇਰੀ ਬਾਂਦੀ ਭਗਤ ਛੜਾਵੇ ਬਾਂਦੇ ਭਗਤ ਨਾ ਛੂਟੇ ਮੋਹੇ, ਮੇਰੀ ਬਾਂਦੀ ਭਗਤ ਛੜਾਵੇ ਬਾਂਦੇ ਭਗਤ ਨਾ ਛੂਟੇ ਮੋਹੇ, ਮੇਰੀ ਬਾਂਦੀ ਭਗਤ ਛੜਾਵੇ ਬਾਂਦੇ ਭਗਤ ਨਾ ਛੂਟੇ ਮੋਹੇ। ਕਹਿੰਦੇ ਮੂਸਿਆ ਜਿਹਨੂੰ ਮੈਂ ਕਰਮਾਂ ਦੇ ਨਾਲ ਬੰਨਦਿਆਂ, ਕਰਮਾ ਕਰਕੇ ਜਿਹਨੂੰ ਮੈਂ ਬਣਦੇ ਆ, ਕਹਿਣਾ ਮੇਰਾ ਭਗਤ ਚਾਹੇ ਉਹਦੇ ਕਰਮ ਕਟਵਾ ਸਕਦਾ, ਪਰ ਇੱਕ ਗੱਲ ਮੈਂ ਦੱਸ ਦਿਆਂ ਮੂਸਿਆ, ਉਹ ਜਿਹਨੂੰ ਮੇਰਾ ਭਗਤ ਬਖਸ਼ਿਸ਼ ਕਰਨ ਤੇ ਆ ਜਾਵੇ ਨਾ, ਜਿਹਨੂੰ ਦੇਣ ਤੇ ਆ ਜਾਵੇ, ਫਿਰ ਉਹਨੂੰ ਮੈਂ ਵੀ ਨਹੀਂ ਰੋਕ ਸਕਦਾ। ਤੋ ਸਤਨਾਮ। ਜੇ ਉਹ ਕਿਸੇ ਨੂੰ ਬਣ ਦੇਵੇ ਫਿਰ ਮੈਂ ਵੀ ਨਹੀਂ ਛੁਡਾ ਸਕਦਾ, ਜੇ ਉਹ ਦੇਣ ਤੇ ਆ ਜਾਵੇ ਮੈਂ ਰੋਕ ਨਹੀਂ ਸਕਦਾ, ਜੇ ਉਹ ਬੰਨਣ ਤੇ ਆ ਜਾਵੇ ਮੈਂ ਛੁੜਾ ਨਹੀਂ ਸਕਦਾ।